2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫਰੀਦਕੋਟ ਵਿੱਚ ਡੈਮੋਕ੍ਰੈਟਿਕ ਸਵਰਾਜ ਪਾਰਟੀ ਵੱਲੋਂ ਬੀਬੀ ਰਵਿੰਦਰ ਕੌਰ ਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਘਰ ਵਿਖੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਥੇ ਉਹਨਾਂ ਸੁਖਬੀਰ ਬਾਦਲ ਦੇ ਕਾਫਿਲੇ ਉੱਤੇ ਪੱਥਰ ਵਰਾਏ ਜਾਣ ਦੀ ਨਿਖੇਧੀ ਕੀਤੀ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੇ ਆਪਣੇ ਕਾਰਡ ਹੁਣੇ ਪੂਰੀ ਤਰ੍ਹਾਂ ਨਹੀਂ ਖੋਲੇ ਨੇ ਲੋਕ ਆਪਣਾ ਮਨ ਕਿਸ ਪਾਰਟੀ ਵੱਲ ਬਣਾ ਕੇ ਬੈਠੇ ਨੇ ਇਸ ਦੀ ਜਾਣਕਾਰੀ ਫਿਲਹਾਲ ਲੋਕ ਨਹੀਂ ਦੇ ਰਹੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਦਾਅਵੇ ਗਲਤ ਨੇ ਅਤੇ ਜੋ ਲੋਕ ਆਮ ਆਦਮੀ ਪਾਰਟੀ ਦੀ ਪਹਿਲਾਂ ਪੋਜੀਸ਼ਨ ਸਹੀ ਸਮਝ ਰਹੇ ਸਨ ਉਹ ਹੁਣ ਇਹਨਾਂ ਨੂੰ ਚੋਣਾਂ ਵਿੱਚ ਜਵਾਬ ਦੇਣਗੇ ਇਸ ਦੇ ਨਾਲ ਹੀ ਜਦ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਜੇਕਰ ਉਹਨਾਂ ਦੀ ਪਾਰਟੀ ਜਿੱਤ ਹਾਸਲ ਕਰਦੀ ਹੈ ਤਾਂ ਉਹ ਕਿਸ ਪਾਰਟੀ ਦਾ ਸਾਥ ਦੇਣਗੇ ਇਸ ਬਾਰੇ ਅਜੇ ਕੁਝ ਵੀ ਨਹੀਂ ਦੱਸਿਆ ਗਿਆ ਉਹਨਾਂ ਵੱਲੋਂ ਇਹ ਦੇਖੋ ਅਲੱਗ ਅਲੱਗ ਭਾਸ਼ਾ ਆ ਕੋਈ ਕਹੀ ਜਾਂਦੇ ਜੀ ਅਸਲੀ ਮੁਕਾਬਲਾ ਕਾਂਗਰਸ ਤੇ ਆਪ ਦਾ ਆ ਅਕਾਲੀ ਦਲ ਕਹਿੰਦੇ ਆ ਵੀ ਸਾਡਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਅਸੀਂ ਤੇ ਜਿੱਤੇ ਹੀ ਪਏ ਹਾਂ ਇਸ ਕਰਕੇ ਇਸ ਵਾਰੀ ਫਿਲਮ ਇਹ ਵੀ ਵਿੱਚ ਰੌਲਾ ਪੈਂਦਾ ਸੀਗਾ ਜੀ ਕੋਡ ਲੱਗ ਲੈਣ ਦਿਓ ਫਿਰ ਲੋਕ ਪਤਾ ਨਹੀਂ ਸੜਕਾਂ 'ਤੇ ਆ ਕੇ ਕੀ ਇੱਥੇ ਡੈਮੋਕ੍ਰੇਸੀ ਦਾ ਜਮਹੂਰੀਅਤ ਦਾ ਨਾਚ ਨੱਚ ਦੇਣਗੇ ਕੁਛ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੇ ਆਪਣੇ ਕਾਰਡ ਜਿਹੜੇ ਆ ਉਹ ਕਾਫੀ ਆਪਣੇ ਕਲੋਜ਼ ਰੱਖੇ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ 10 ਦਿਨਾਂ ਬਾਅਦ ਕੁਛ ਪਤਾ ਲੱਗਣਾ ਸ਼ੁਰੂ ਹੋ ਜਾਏ ਜਦੋਂ ਕਾਂਗਰਸ ਦੇ 10 ਕੈਂਡੀਡੇਟ ਹੋਰ ਸਾਹਮਣੇ ਆ ਜਾਣਗੇ ਅਤੇ ਪਰ ਇੱਕ ਗੱਲ ਜਿਹੜੀ ਬੜੀ ਸਾਫ਼ ਹੈਗੀ ਆ ਕਿ ਜੋ ਹਵਾ ਆਮ ਆਦਮੀ ਪਾਰਟੀ ਦੀ ਅੱਜ ਤੋਂ 6 ਮਹੀਨੇ ਪਹਿਲਾਂ ਸੀਗੀ ਉਹ ਅੱਜ ਨਹੀਂ ਹੈਗੀ।